तो पहला आज की जो दस बात रखी गई है, मैं समुचे मीडिया का जिन्होंने साढ़े बड़े ही शॉर्ट नोटिस के उत्ते आके इस कवरेज में इस प्रेस वार्ता को प्रेस कवर करने जो जतन किया, सब तो पहला मैं इन्हों का थैंक्स करदा। और जो अज की विशेष तौर के उत्ते गुरुद्वारा प्रबंधक कमेटी जम्मू सांबा ਅਤੇ ਨਾਲ ਸਾਡੇ ਸੋਰੀ ਤੋਂ ਰਿਆਸੀ ਤੋਂ ਪਹੁੰਚੇ ਹੋਏ ਜੋ ਮੈਂਬਰ ਸਾਹਿਬਾਨ ਹਨ, ਇੱਥੋਂ ਦੇ ਜਿਹੜੇ ਪ੍ਰਧਾਨ ਹਨ, ਇਹ ਸਾਰੇ ਹੀ ਬੈਠੇ ਹਨ। ਇਸਦਾ ਮੁੱਖ ਕਾਰਨ ਕੀ ਹੈ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਲਗਾਤਾਰ ਕੁਝ ਸਾਡੀਆਂ ਇਹੋ ਜਿਹੀਆਂ ਵਿਚਾਰਾਂ ਹੋਈਆਂ ਕਿ ਸਿੱਖ ਕੌਮ ਦੇ ਨਾਲ ਜਦੋਂ ਵੀ ਕੋਈ ਕੰਪੀਟੀਟਿਵ ਐਗਜ਼ਾਮਸ ਦੀ ਗੱਲ ਆਉਂਦੀ ਹੈ ਜਾਂ ਜਿੱਥੇ ਵੀ ਕਿਤੇ ਬੱਚਿਆਂ ਦੇ ਐਗਜ਼ਾਮਸ ਦੀ ਵਾਰੀ ਆਉਂਦੀ ਹੈ ਤਾਂ ਸਾਡੇ ਕਤਾਰਾਂ ਦੇ ਨਾਲ ਕਿਸੇ ਨਾ ਕਿਸੇ ਸੈਂਟਰ ਦੇ ਵਿੱਚ ਛੇੜਛਾੜ ਕੀਤੀ ਜਾਂਦੀ ਹੈ, ਕਤਾਰਾਂ ਨੂੰ ਉਤਾਰਿਆ ਜਾਂਦਾ। ਸੋ ਕੱਲ੍ਹ ਦਾ ਜੋ ਇੱਕ ਵੱਡਾ ਐਪੀਸੋਡ ਸਾਡੇ ਸਾਹਮਣੇ ਆਇਆ, ਜੋ ਬਾਰਡਰ ਬਟਾਲੀਅਨ ਦੇ ਜਿਹੜੇ ਬੱਚਿਆਂ ਦੇ ਕਾਂਸਟੇਬਲ ਦੇ ਕੱਲ੍ਹ ਇਗਜ਼ਾਮ ਸਨ, ਬੇਸਿਕ ਜੋ ਸਕੂਲ ਹੈ ਪੁਰਾਣੀ ਮੰਡੀ ਦੇ ਅੰਦਰ, ਉੱਥੇ ਇੱਕ ਬੱਚਾ ਜਿਹੜਾ ਜਿਸਦਾ ਨਾਂ ਪ੍ਰਭਜੋਤ ਸਿੰਘ ਹੈ ਔਰ ਸਰਦਾਰ ਬਲਵਿੰਦਰ ਸਿੰਘ ਜੀ ਦਾ ਉਹ ਬੇਟਾ ਸੁਖਵਾਲ ਸਾਂਬਾ ਦੇ ਵਿੱਚ ਰਹਿਣ ਵਾਲਾ ਇਹ ਬੱਚਾ ਹੈ, ਜਦੋਂ ਇਹ ਇਗਜ਼ਾਮ ਦੇ ਲਈ ਜਾਂਦਾ ਅਤੇ ਜਿਸ ਵੇਲੇ ਐਂਟਰ ਕਰਨਾ ਸੀ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ, ਤਾਂ ਇਸ ਬੱਚੇ ਨੂੰ ਆਖਿਆ ਗਿਆ ਕਿ ਇਹਨਾਂ ਦੇ ਜਿਹੜੇ ਕਤਾਰ ਨੇ ਉਤਾਰੇ ਜਾਏ, ਇਹਨਾਂ ਦੀ ਸ਼੍ਰੀ ਸਾਹਿਬ ਉਤਾਰੀ ਜਾਏ। ਔਰ ਉਸ ਬੱਚੇ ਨੇ ਸਮਾਂ ਘੱਟ ਹੋਣ ਦੇ ਬਾਅਦ ਅੱਗੂ ਜੋ ਰਿਜ਼ਲਮੈਂਟ ਸ਼ੋਅ ਕਰਨੀ ਸੀ, ਲੇਕਿਨ ਉਹਨਾਂ ਨੇ ਕੋਈ ਉਹਦੇ ਉੱਤੇ ਅਸਰ ਨਹੀਂ ਕੀਤਾ ਔਰ ਉਸ ਬੱਚੇ ਦੇ ਜਿਹੜੇ ਕਤਾਰ ਸਨ ਉਤਾਰ ਕੇ, ਜੋ ਆਮ ਉਹਨਾਂ ਦਾ ਰੈਕ ਲੱਗਾ ਸੀ ਜਿੱਥੇ ਰੈਕ ਦੇ ਵਿੱਚ ਸਭ ਕੁਝ ਰੱਖਿਆ ਜਾ ਰਿਹਾ ਸੀ, ਜੋ ਫਾਲਤੂ ਚੀਜ਼ਾਂ ਹੁੰਦੀਆਂ, ਕਿਤਾਬ ਲੈ ਕੇ ਗਿਆ ਹੁੰਦਾ ਬੱਚਾ, ਕੋਈ ਆਪਣੇ ਨਾਲ ਕਿਹੜੀ ਅਸੈਸਰੀ ਲੈ ਕੇ ਗਿਆ ਹੁੰਦਾ, ਉਹਦੇ ਵਿੱਚ ਬੱਚੇ ਦੀ ਜੋ ਸ਼੍ਰੀ ਸਾਹਿਬ ਉਤਰਵਾ ਕੇ ਗਾਦੇ ਸਮੇਤ ਰੱਖ ਦਿੱਤੀ ਗਈ। ਸੋ ਸਭ ਤੋਂ ਵੱਡਾ ਧਾਨ ਜੋ ਅੱਜ ਕਤਾਰਾਂ ਦੇ ਨਾਲ ਇੱਥੇ ਜੋ ਛੇੜਛਾੜ ਕੀਤੀ ਜਾ ਰਹੀ ਹੈ, ਇਸਦੇ ਪ੍ਰਥਾਏ ਅੱਜ ਸਾਡਾ ਇੱਕ ਬਹੁਤ ਵੱਡਾ ਰੋਸ ਹੈ। ਕੱਲ੍ਹ ਦਾ ਲਗਾਤਾਰ ਸਾਡੇ ਕੋਲ ਉਸ ਬੱਚੇ ਦੇ ਜੋ ਪੇਰੈਂਟਸ ਹਨ ਉਹਨਾਂ ਵੀ ਆ ਕੇ ਅਪਰੋਚ ਕੀਤੀ, ਸਾਂਬਾ ਡਿਸਟ੍ਰਿਕਟ ਦੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਹਨ, ਜੋ ਉਹਨਾਂ ਦੇ ਸੈਕਟਰੀ ਸਾਹਿਬ ਹਨ, ਪ੍ਰਧਾਨ ਸਾਹਿਬ ਹਨ, ਉਹਨਾਂ ਦੀ ਵੀ ਨੋਟਿਸ 'ਚ ਇਹ ਗੱਲ ਆਈ। ਸਾਰਿਆਂ ਨੇ ਮਿਲ ਜੁਲ ਕੇ ਜਦੋਂ ਇਹ ਫੈਸਲਾ ਕੀਤਾ, ਜਦੋਂ ਇਹ ਸਾਰਾ ਪਤਾ ਲੱਗਿਆ ਕਿ ਇਹ ਜੋ ਮਸਲਾ ਹੋਇਆ ਇਹਦੇ ਵਿੱਚ ਇੱਕ ਬਹੁਤ ਵੱਡਾ ਜੋ ਹਮੇਸ਼ਾ ਹੀ ਪਹਿਲਾਂ ਵੀ ਪਿਛਲੇ ਦਿਨਾਂ ਵੀ ਜਦੋਂ ਇਗਜ਼ਾਮ ਹੁੰਦੇ ਸਨ ਉਹਦੇ ਵਿੱਚ ਵੀ ਸਾਡੇ ਨਾਲ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਵਾਕਿਆ ਆਏ, ਪਿੱਛੇ ਦੇ ਬੱਚੀਆਂ ਦੇ ਕਤਾਰ ਉਤਾਰੇ ਗਏ ਸਨ, ਅਤੇ ਜਿਸ ਵੇਲੇ ਅਸੀਂ ਉਹ ਪ੍ਰੈਸ ਕਾਨਫਰੰਸ ਕੀਤੀ, ਫਾਇਰ ਅਥਾਰਟੀਜ਼ ਨਾਲ ਮਿਲੇ, ਸਾਨੂੰ ਇਹ ਭਰੋਸਾ ਦਿੱਤਾ ਗਿਆ ਕਿ ਸਾਡਾ ਜਿਹੜਾ ਨੋਟਿਸ ਹੈ ਸਰਕੂਲੇਸ਼ਨ ਦੇ ਵਿੱਚ ਜਾਏਗਾ ਔਰ ਇਸ ਨੋਟਿਸ ਦੇ ਨਾਲ ਅਗਲੇ ਵਾਰੇ ਆਉਣ ਵਾਲੇ ਜਿਹੜੇ ਇਗਜ਼ਾਮ ਹੋਣਗੇ ਉਹਦੇ ਵਿੱਚ ਕਿਸੇ ਵੀ ਧਾਰਮਿਕ ਜੋ ਚਿੰਨ੍ਹ ਹੈ ਉਸਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਜਾਏਗੀ। ਸੋ ਲਿਹਾਜ਼ਾ ਜੋ ਇਹ ਕੱਲ੍ਹ ਐਪੀਸੋਡ ਹੋਇਆ ਇਸਦੀ ਅਸੀਂ ਬੜੇ ਹੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਜਿਹੜੇ ਕੰਸਰਨਡ ਅਥਾਰਟੀਜ਼ ਹਨ, ਜਿਹੜੇ ਉਹਨਾਂ ਦੀ ਹਾਇਰ ਅਥਾਰਟੀਜ਼ ਹਨ, ਅਸੀਂ ਅੱਜ ਇਹ ਆਵਾਜ਼ ਉਹਨਾਂ ਤੱਕ ਪਹੁੰਚਾ ਰਹੇ ਹਾਂ ਕਿ ਕਮ ਸੇ ਕਮ ਉਹ ਇਸ ਗੱਲ ਦਾ ਪੂਰਾ ਸੰਗਿਆਨ ਲੈਣ, ਕਿਉਂਕਿ ਜੋ ਇਹ ਮਾਹੌਲ ਬਣਿਆ, ਜੇਕਰ ਸਾਡਾ ਯੂਥ ਰੋਡ ਦੇ ਉੱਤੇ ਆ ਜਾਂਦਾ, ਜੇ ਕੋਈ ਹੋਰ ਕਿਤੇ ਸਾਡੇ ਲਾਅ ਐਂਡ ਆਰਡਰ ਦੇ ਵਿੱਚ ਫਰਕ ਆ ਜਾਂਦਾ, ਫਿਰ ਇਸਦੀ ਜ਼ਿੰਮੇਵਾਰੀ ਕੌਣ ਲਵੇਗਾ? ਜੇ ਅੱਜ ਕਾਨਸਟੀਟਿਊਸ਼ਨਲ ਰਾਈਟ ਸਾਡੇ ਕੋਲ ਹੈ, ਅਸੀਂ ਕੋਈ ਆਊਟਲਾਅ ਗੱਲ ਨਹੀਂ ਕਰ ਰਹੇ, ਲਾਅ ਤੋਂ ਬਾਹਰ ਜਾ ਕੇ ਅਸੀਂ ਕੋਈ ਗੱਲ ਨਹੀਂ ਕਰ ਰਹੇ, ਅਸੀਂ ਇਨ ਲਾਅ ਦੀ ਗੱਲ ਕਰ ਰਹੇ ਹਾਂ। ਕਾਨਸਟੀਟਿਊਸ਼ਨਲ ਰਾਈਟ ਹੈ ਕਿ ਅਸੀਂ ਆਪਣੀ ਸ਼੍ਰੀ ਸਾਹਿਬ ਪਾ ਸਕਦੇ ਹਾਂ, ਪੰਜ ਕਕਾਰ ਦੇ ਅਸੀਂ ਧਾਰਨੀ ਹੈ, ਸਿੱਖ ਕੌਮ ਦਾ ਰਿਲੀਜੀਅਸ ਇਹ ਮੈਟਰ ਹੈ, ਅਤੇ ਸਾਨੂੰ ਇਹਦੀ ਪਰਮਿਸ਼ਨ ਹੈ, ਇਜਾਜ਼ਤ ਹੈ ਹਰ ਜਗ੍ਹਾ, ਅਤੇ ਜੇ ਇਸ ਇਜਾਜ਼ਤ ਦੀ ਵਾਰ ਵਾਰ ਉਲੰਘਣਾ ਕੀਤੀ ਜਾਂਦੀ ਹੈ, ਭਾਵੇਂ ਇਹਦਾ ਸੁਪਰੀਮ ਕੋਰਟ ਦੀ ਤਰਫੋਂ ਵੀ ਇਸਦਾ ਖੁਲਾਸਾ ਹੋ ਚੁੱਕਿਆ ਹੈ ਔਰ ਕਈ ਤਰ੍ਹਾਂ ਦੇ ਸਾਡੇ ਕੋਲ ਜਜਮੈਂਟਸ ਸਾਹਮਣੇ ਆਈਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਅੱਗੇ ਜਾ ਕੇ ਅਸੀਂ ਕਰਾਂਗੇ। ਸੋ ਇਹ ਜਜਮੈਂਟਸ ਦੇ ਆਧਾਰ 'ਤੇ ਵੀ ਜੇ ਅੱਜ ਵੇਖਿਆ ਜਾਏ ਤਾਂ ਇਸ ਕਿਸਮ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਸਾਡੀ ਸਿੱਖ ਕੌਮ ਦੇ ਨਾਲ ਕੀਤੀ ਜਾ ਰਹੀ ਹੈ, ਬੱਚਿਆਂ ਨੂੰ ਹਰਾਸ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਜੋ ਇਹ ਪਿੱਛੇ ਅਸੀਂ ਗੱਲ ਕੀਤੀ ਸੀ ਹਾਇਰ ਅਥਾਰਟੀਜ਼ ਨਾਲ, ਉਹਨਾਂ ਕਿਹਾ ਸੀ ਕਿ ਇਸ ਵਾਰ ਜੋ ਹੋਇਆ ਉਹ ਕੋਈ ਸਰਕੂਲੇਸ਼ਨ ਦੇ ਵਿੱਚ ਹੋ ਸਕਦਾ, ਕੋਈ ਨੋਟਿਸ ਨਾ ਪਹੁੰਚਿਆ ਹੋਏ, ਅਸੀਂ ਅੱਗੇ ਜਦੋਂ ਵੀ ਕੋਈ ਇਹੋ ਜਿਹੇ ਇਗਜ਼ਾਮ ਅਸੀਂ ਕੰਡਕਟ ਕਰਾਂਗੇ ਅਸੀਂ ਸਪੈਸ਼ਲ ਤੌਰ ਦੇ ਉੱਤੇ ਨੋਟਿਸ ਜਿਹੜੇ ਨੇ ਉਹ ਜ਼ਰੂਰ ਦੇਵਾਂਗੇ। ਔਰ ਹਾਇਰ ਅਥਾਰਟੀਜ਼ ਨੇ ਜੇ ਆਪਣੇ ਨੋਟਿਸ ਭੇਜੇ ਨੇ, ਜੇ ਆਪਣੀਆਂ ਇੰਸਟਰਕਸ਼ਨਸ ਭੇਜੀਆਂ ਨੇ, ਅਤੇ ਜਿਹੜੇ ਉੱਥੇ ਇੰਪਲੀਮੈਂਟ ਕਰਨ ਵਾਲੇ ਸਨ, ਚਾਹੇ ਉਹ ਉਸ ਸੈਂਟਰ ਦੇ ਇੰਚਾਰਜ ਹੋਣ ਜਾਂ ਉਸ ਸੈਂਟਰ ਦੇ ਵਿੱਚ ਜਿਹੜੀ ਸਿਕਿਉਰਿਟੀ ਹੋਵੇ, ਜਿਨ੍ਹਾਂ ਨੇ ਇਸ ਲਾਅ ਐਂਡ ਆਰਡਰ ਨੂੰ ਆਪਣੇ ਹੱਥ ਵਿੱਚ ਲੈ ਕੇ ਇਸ ਨੋਟਿਸ ਦਾ ਖੰਡਨ ਕੀਤਾ, ਸਾਡੀ ਸਰਕਾਰ ਕੋਲ ਪੁਰਜ਼ੋਰ ਇਹ ਮੰਗ ਹੋਵੇਗੀ ਇਹਦੇ ਉੱਤੇ ਇਨਕੁਆਇਰੀ ਕਰਕੇ ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਔਰ ਉਹਨਾਂ ਨੂੰ ਉਹਨਾਂ ਅਥਾਰਟੀਜ਼ ਨੂੰ ਮੈਂ ਫਿਰ ਇੱਕ ਵਾਰ ਫਿਰ ਬੇਨਤੀ ਕਰਾਂਗਾ
और जे इस किस्म का इस बार भी साढ़े नाल उही घिनौना मजाक किया गया जिहड़ा पिछली बार सानू आश्वासन दिता गया केवल तो केवल गल्लांबात राही जो एक्शन सी वह नहीं कर पाए तो हो सकता है इस बार साडा यूथ सानू रोकना मुश्किल हो जाए क्यों कि वह जिहड़ियां अथॉरिटीज़ ने बार बार सिख ककारां दे नाल छेड़छाड़ कर रही ने जो सिख जो सानू गुरुओं नूं बख्शिश है जो रहत मर्यादा विच बख्शिश हन जेकर कोई बच्चा अमृतधारी है जे कौम दा पक्ष धार्मिक पक्ष नूं अगे लैके चलता है नाल अपने विधि लाह दे विच रह के जे वह किसी कंपीटिशन एग्जाम में जा रहा जिते भी जा रहा तो जदों उहदे लाह दे विच जदों उहदे नाल इस किस्म की छेड़छाड़ की जाएगी वह निंदनयोग है। सो अज की इस प्रैस कॉन्फ्रेंस के राही असी उस घटना की बहुत ज़्यादा निंदा करते हाँ और उन्होंने अथॉरिटीज़ को उन्होंने ऑफिसर्स उन्होंने सिक्योरिटी मैनस जिन्होंने इस सारे कार्यक्रम के हिस्सा पाया ये योगदान पाया साड़ी पुरजोर मंग है कि उन्होंने खिलाफ वध तो वध जो एक्शन गवर्नमेंट तरफ लिता जाए। कभी बेड सोने के अलावा खेल का मैदान होता है, खाने की मेज पर खाने के अलावा अपनों का साथ होता है, जहां सोफे पर पूरा परिवार एक साथ दिखता है, आईने के सामने श्रृंगार के साथ कभी कभी प्यार होता है। इसीलिए तो हम कहते हैं कि एक मकान घर तब बनता है जब वो KS फर्नीचर से सजता है। रिश्तों की मिठास का एहसास KS फर्नीचर के साथ। Education in a state-of-the-art institute and also providing an opportunity to the students to explore their careers across the globe. ORAIN का एक मात्र उद्देश्य है युवाओं को अंतर्राष्ट्रीय स्तर पर ब्यूटी एजुकेशन देना। एडवांस्ड डिप्लोमा इन एस्थेटिक एंड हेयर ड्रेसिंग की विदेशों में फी 12 से 5 या 6 गुना ज्यादा है, जबकि ORAIN बेहद कम फीस में ये कोर्सेज करवा रहा है। In ORAIN, there is a student-friendly environment. Students have the freedom to think for themselves in training. ORAIN is the only institution where teachers are available whenever students need. An institution that provides hair, makeup, skin,
nail art and mehndi courses so close to the students' home, that is actually a blessing. Different cultures, different challenges. More than 8,000 students are engaged. Earn while you learn. Orange produces thousands of beauty professionals who are today doing extremely well in their respective fields. So, what are you waiting for? Join Orange Institute of Beauty and Wellness. NIST, Institute of Beauty and Makeup, Fashion Designing, Hairdressing and Nail Extensions, now also in Gandhinagar, Jammu. State of the art infrastructure. Real-time practical and skill-based education and highly qualified trainers. NIST offers various courses in fashion designing, beauty and makeup, specially designed courses for hair cutting and hair designing. And also crash course for nail extensions. NIST encourages women's education, and our creative courses not only develop a woman's mindset and personality but also help her to attain positive thoughts. NIST offers all courses with affordable fee. Come, learn and exit with multidimensional career opportunities to come out in flying colors. NIST, the right choice for women empowerment. Admissions are open in beauty and makeup, fashion designing, hairdressing and nail extensions. NIST, 48D First Floor near Greenfield School, Gandhinagar, Jammu, and Sidco Chowk, Axis Bank Building, Bari Brahmi.